ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ MSW ਸਟੱਡੀ ਫੋਰ ਜੋਬ ਦੇ ਵਿੱਚ। ਤੁਸੀਂ ਦੇਖ ਰਹੇ ਹੋ MSW ਸਟੱਡੀ ਫੋਰ ਜੋਬ। ਅੱਜ ਦਾ ਜਿਹੜਾ ਅਪੋਇੰਟਮੈਂਟ ਲੈਟਰ ਜਿਹੜਾ ਕਿ ਚੰਡੀਗੜ੍ਹ ਵੱਲੋਂ ਆਇਆ, ਜਿਹੜੀ ਕਿ ਪੋਸਟ ਹੋਏਗੀ, ਤੁਸੀਂ ਦੇਖ ਸਕਦੇ ਹੋ। ਇਸ ਪੋਸਟ ਬਾਰੇ ਪੂਰੀ ਜਾਣਕਾਰੀ ਇਸ ਵੀਡੀਓ ਦੇ ਐਂਡ ਤੱਕ ਮਿਲ ਜਾਏਗੀ। ਜੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਇਸ ਤਰ੍ਹਾਂ ਦੇ ਆਲ ਇੰਡੀਆ ਆਲ ਪੰਜਾਬ ਤੁਹਾਨੂੰ ਨੋਟੀਫਿਕੇਸ਼ਨ ਜੋਬ ਨਾਲ ਸੰਬੰਧ ਸਟੱਡੀ ਨਾਲ ਮਿਲਦੇ ਰਹਿਣਗੇ। ਸਟਾਰਟ ਕਰਦੇ ਹਾਂ ਅੱਜ ਦੀ ਪੋਸਟ ਬਾਰੇ। ਦੇਖ ਸਕਦੇ ਹੋ ਅਕਾਊਂਟਸ ਕਲਰਕ ਦੀਆਂ ਦੋ ਪੋਸਟ ਆਉਣੀਆਂ ਜਰਨਲ ਦੇ ਵਿੱਚ। ਮਿਨੀਮਮ ਜਿਹੜੀ ਕੁਆਲੀਫਿਕੇਸ਼ਨ ਬੀ ਕੌਮ ਐਂਡ 1 ਈਅਰ ਦਾ ਐਕਸਪੀਰੀਅੰਸ ਤੁਹਾਡੇ ਕੋਲ ਹੈ ਤਾਂ ਇਸ ਪੋਸਟ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ। ਟਾਈਪਿੰਗ ਸਪੀਡ ਇਸ ਦੇ ਵਿੱਚ ਜਿਹੜੀ 35 ਪਰ ਵਰਡ ਮਿੰਟ ਮੰਗੀ ਗਈ ਹੈ, 21 ਤੋਂ 37 ਏਜ ਰਹੇਗੀ। ਪੇ ਜਿਹੜੀ ਤੁਹਾਡੀ ਫਿਕਸ ਹੋਏਗੀ 19,875 ਰੁਪਏ ਪਰ ਮੰਥ ਹੋਏਗੀ। ਦੂਸਰੀ ਪੋਸਟ ਹੈਗੀ ਹੈ ਕਲਰਕ ਦੀ ਹੈਗੀ ਹੈ, ਦੋ ਹੀ ਪੋਸਟ ਆਉਣਗੀਆਂ, SC ਲਈ ਇੱਕ, ਜਰਨਲ ਲਈ ਇੱਕ। ਬੈਂਚੁਲਰ ਡਿਗਰੀ ਜੇਕਰ ਤੁਸੀਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੀਤੀ ਹੈ ਤਾਂ ਇਸ ਪੋਸਟ ਨੂੰ ਅਪਲਾਈ ਕਰਦੇ ਹੋ। ਟਾਈਪਿੰਗ ਸਪੀਡ ਇਸ ਦੇ ਵਿੱਚ ਜਿਹੜੀ 35 ਪਰ ਵਰਡ ਮਿੰਟ ਮੰਗੀ ਗਈ ਹੈ ਤਾਂ ਇਹ ਜਿਹੜੀ ਸੇਮ ਹੀ ਰਹੇਗੀ ਔਰ ਪੇ ਵੀ ਸੇਮ ਰਹੇਗੀ। ਅਗਲੀ ਪੋਸਟ ਹੈਗੀ ਹੈ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਹੈਗੀ ਹੈ, ਇੱਕ ਹੀ ਪੋਸਟ ਰਹੇਗੀ, SC ਲਈ ਰਹੇਗੀ। ਸੇਮ ਉੱਪਰਲਾ ਜਿਹੜਾ ਕੁਆਲੀਫਿਕੇਸ਼ਨ ਹੋਏਗੀ ਇਹ ਸੇਮ ਹੋਏਗੀ ਔਰ ਪੇ ਸੇਮ ਹੋਏਗੀ। ਅਗਲੀ ਪੋਸਟ ਹੈਗੀ ਹੈ ਕੌਂਸਲਰ ਦੀਆਂ ਦੋ ਪੋਸਟਾਂ ਹੈਗੀਆਂ, ਇੱਕ ਜਰਨਲ, ਇੱਕ OBC, MA ਇਨ ਦਾ ਸਾਈਕੋਲੋਜੀ ਔਰ MSc ਜਾਂ MED ਵਿਦ ਦਾ ਡਿਪਲੋਮਾ ਇਨ ਕਾਉਂਸਲਿੰਗ। ਇਸ ਦੇ ਵਿੱਚ ਪ੍ਰੈਫਰੈਂਸ ਦਿੱਤਾ ਜਾਏਗਾ ਐਕਸਪੀਰੀਅੰਸ ਨੂੰ। ਵੈਸੇ ਇਸ ਦੇ ਵਿੱਚ ਐਕਸਪੀਰੀਅੰਸ ਦੀ ਕੋਈ ਲੋੜ ਨਹੀਂ, ਪਰ ਐਕਸਪੀਰੀਅੰਸ ਨੂੰ ਪ੍ਰੈਫਰੈਂਸ ਦਿੱਤਾ ਜਾਏਗਾ। 21 ਤੋਂ 37 ਇਸ ਵਿੱਚ ਵੀ ਏਜ ਰਹੇਗੀ। ਪੇ ਇਸ ਦੇ ਵਿੱਚ ਬਹੁਤ ਹੀ ਵਧੀਆ ਦਿੱਤੀ ਜਾ ਰਹੀ ਹੈ, 25,649 ਰੁਪਏ ਪਰ ਮੰਥ ਪੇ ਮਿਲੇਗੀ। ਦੂਸਰੀ ਅੱਗੇ ਪੋਸਟ ਹੈਗੀ ਹੈ, ਦੇਖੋ ਜੀ, ਨਰਸਿੰਗ ਦੀ ਪੋਸਟ ਹੈਗੀ ਹੈ। ਦੋ ਹੀ ਪੋਸਟ ਹੋਣਗੀਆਂ ਜਨ ਦੇ ਵਿੱਚ, ਜਿਹੜੇ +2 ਪਾਸ ਜੇਕਰ ਤੁਸੀਂ ਹੈਗੇ ਹੋ, ਨਰਸਿੰਗ ਸਰਟੀਫਿਕੇਟ ਤੁਹਾਡੇ ਕੋਲ ਹੈਗਾ, ਜਾਂ GNM ਜਾਂ BSc ਨਰਸਿੰਗ ਕੀਤੀ ਹੈ ਤਾਂ ਅਸੀਂ ਪੋਸਟ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ 2 ਸਾਲਾਂ ਦੇ ਐਕਸਪੀਰੀਅੰਸ ਨਾਲ। 21 ਤੋਂ 37 ਏਜ ਰਹੇਗੀ। ਕਿਸ ਤਰ੍ਹਾਂ ਅਪਲਾਈ ਕਰਨਾ ਉਸ ਵੀ ਜਾਣਕਾਰੀ ਇਸ ਵੀਡੀਓ 'ਤੇ ਮਿਲ ਜਾਏਗੀ। ਇਸ ਦੇ ਵਿੱਚ ਜਿਹੜੀ ਤੁਹਾਡੀ ਫਿਕਸ ਪੇ ਰਹੇਗੀ ਮੰਥਲੀ, ਉਹ ਰਹੇਗੀ 25,649 ਰੁਪਏ। ਐਲੀਜੀਬਿਲਟੀ, ਕੈਂਡੀਡੇਟ ਮੇ ਸਬਮਿਟ ਦੇਅਰ ਦਾ ਰਿਜ਼ਿਊਮ। ਸਿਰਫ ਤੁਸੀਂ ਇੱਕ ਆਪਣਾ ਰਿਜ਼ਿਊਮ ਬਣਾਉਣਾ, ਆਪਣੇ ਬਾਇਓਡਾਟਾ ਲਿਖਣਾ, ਜੋ ਕਿ ਉਹਨਾਂ ਦਾ ਕੰਟੈਕਟ ਨੰਬਰ ਜਾਂ ਈਮੇਲ ਰਾਹੀਂ ਜਿਹੜਾ ਤੁਸੀਂ ਉਹਨਾਂ ਨੂੰ ਸੈਂਡ ਕਰ ਦੇ ਸਕਦੇ ਹੋ। ਸੈਂਡ ਤੁਸੀਂ ਕਿਸ ਐਡਰੈਸ 'ਤੇ ਕਰਨਾ ਦੇਖ ਸਕਦੇ ਹੋ। ਫਿਕਸ 1 ਪਾਸਪੋਰਟ ਸਾਈਜ਼ ਜਿਹੜੀ ਤੁਹਾਡੀ ਫੋਟੋ ਹੋਣੀ ਚਾਹੀਦੀ ਹੈ, ਇੱਕ ਸੈਲਫ ਟੈਸਟਡ ਕਾਪੀਜ਼, ਆਰ ਰਿਲੀਵੈਂਟ ਜਿਹੜੀ ਟੈਸਟੀਨੋਮੀਅਲਸ, ਮਤਲਬ ਕਿ ਜਿਹੜੇ ਤੁਹਾਡੇ ਸਰਟੀਫਿਕੇਟਸ ਹੈਗੇ ਨੇ, ਜਿੰਨੇ ਵੀ ਅਕੈਡਮਿਕ ਜਾਂ ਐਕਸਪੀਰੀਅੰਸ ਇਨਕਲੂਡ ਕਰਨੇ। ਤੁਸੀਂ 15/7/2019 ਲਾਸਟ ਡੇਟ ਰਹੇਗੀ, ਇਸ ਤੋਂ ਪਹਿਲਾਂ ਤੁਸੀਂ ਜਿਹੜਾ ਇਸ ਐਡਰੈਸ 'ਤੇ ਜਿਹੜਾ ਹੇਠ ਦਿੱਤਾ ਗਿਆ ਤਾਂ ਇਸ ਐਡਰੈਸ 'ਤੇ ਤੁਸੀਂ ਸੈਂਡ ਕਰ ਸਕਦੇ ਹੋ, ਠੀਕ ਹੈ ਜੀ। ਡੇਟ ਆਫ ਇੰਟਰਵਿਊ ਹੋਏਗੀ ਸਿੱਧੀ, ਇਸ ਦੇ ਵਿੱਚ ਕੋਈ ਇਗਜ਼ਾਮ ਨਹੀਂ ਹੋਏਗਾ। ਜਦ ਵੀ ਡੇਟ ਇੰਟਰਵਿਊ ਲਈ ਤੁਹਾਨੂੰ ਬੁਲਾਇਆ ਜਾਏਗਾ, ਡੇਟ ਦਿੱਤੀ ਜਾਏਗੀ, ਤੁਹਾਨੂੰ ਕਿਸੇ ਤਰ੍ਹਾਂ ਕਾਲ ਕੀਤੀ ਜਾਏਗੀ, ਜਾਂ ਤੁਹਾਡੀ ਕੋਈ ਵੀ ਕੰਟੈਕਟ ਤੁਹਾਡਾ ਲੈ ਆਏਗਾ, ਉਸ 'ਤੇ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਏਗੀ, ਜਾਂ ਇਸ ਵਿਭਾਗ ਦੀ ਵੈਬਸਾਈਟ 'ਤੇ ਵੀ ਇਨਫੋਰਮੇਸ਼ਨ ਦਿੱਤੀ ਜਾਏਗੀ। TA/DA ਇੰਟਰਵਿਊ ਦਾ ਕੋਈ ਨਹੀਂ ਦਿੱਤਾ ਜਾਏਗਾ, ਠੀਕ ਹੈ ਜੀ। ਆ ਸਕੇ ਵੀਡੀਓ ਵਧੀਆ ਲੱਗਿਆ ਹੋਊ, ਪਲੀਜ਼ ਜੋ ਵੀ ਕੈਂਡੀਡੇਟ ਅਪਲਾਈ ਕਰਨ ਦੇ ਯੋਗ ਹੈ ਤਾਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਕਿਸੇ ਨੂੰ ਲਾਭ ਹੋ ਸਕੇ। ਥੈਂਕ ਯੂ ਸੋ ਮਚ, ਟੇਕ ਕੇਅਰ, ਮਿਲਦੇ ਹਾਂ ਇੱਕ ਹੋਰ ਨਵਾਂ ਵੀਡੀਓ ਲੈ ਕੇ।